ਪੰਜਾਬੀ ਖਬਰਾਂ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼। ਈਰਾਨ ਅਮਰੀਕਾ ਵਿਚਕਾਰ ਤਣਾਤਣੀ ਕਾਰਨ ਕਮੌਤਰੀ ਬਾਜ਼ਾਰਾਂ 'ਚ ਸੋਨੇ ਅਤੇ ਕੱਚੇ ਤੇਲ ਦੋਵੇਂ ਉਬਾਲ 'ਤੇ ਆ ਗਏ ਨੇ। ਯੂ ਐੱਸ ਏ ਦੇ ਡਰੋਨ ਹਮਲੇ 'ਚ ਈਰਾਨ ਦੇ ਟਾਪ ਮਿਲਟਰੀ ਕਮਾਂਡਰ ਦੀ ਮੌਤ ਮਗਰੋਂ ਨਿਵੇਸ਼ਕਾਂ 'ਚ ਘਬਰਾਹਟ ਦਾ ਮਾਹੌਲ ਬਣਿਆ, ਜਿਸ ਕਾਰਨ ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਸੋਨੇ ਦੀ ਮੰਗ ਵਧੀ ਹੈ। ਇਸ ਵਜ੍ਹਾ ਨਾਲ ਕਮੌਤਰੀ ਬਾਜ਼ਾਰਾਂ 'ਚ ਸੋਨੇ ਦੀ ਕੀਮਤ ਵਿੱਚ ਤੇਜ਼ੀ ਵਿਚਕਾਰ ਸ਼ਨੀਵਾਰ ਦਿੱਲੀ ਸ਼ਰਾਫਾ ਬਾਜ਼ਾਰ ਦੇ ਵਿੱਚ 220 ਰੁਪਏ ਦੇ ਉਛਾਲ ਨਾਲ 41,290 ਰੁਪਏ ਪ੍ਰਤੀ 10 ਗ੍ਰਾਮ ਦੀ ਇੱਕ ਨਵੀਂ ਰਿਕਾਰਡ ਉਚਾਈ 'ਤੇ ਸੋਨਾ ਜਾ ਪਹੁੰਚਿਆ। ਹਾਲਾਂਕਿ ਇਸ ਦੌਰਾਨ ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਘੱਟ ਰਹਿਣ ਨਾਲ ਚਾਂਦੀ 150 ਰੁਪਏ ਦੀ ਗਿਰਾਵਟ ਨਾਲ 48,500 ਰੁਪਏ ਪ੍ਰਤੀ ਕਿਲੋ 'ਤੇ ਆ ਗਈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਹਫ਼ਤੇ ਦੇ ਅੰਤਮ ਕਾਰੋਬਾਰੀ ਦਿਨ ਸੋਨੇ ਦੀ ਕੀਮਤ $1,551.40 ਪ੍ਰਤੀ ਔਸ ਰਹੀ। ਫਰਵਰੀ 'ਚ ਅਮਰੀਕੀ ਸੋਨਾ ਵਾਇਆ $27.20 ਚੜ੍ਹ ਕੇ $1,551.70 ਪ੍ਰਤੀ ਔਸ 'ਤੇ ਪਹੁੰਚ ਗਿਆ। ਉੱਥੇ ਹੀ ਕਮੌਤਰੀ ਬਾਜ਼ਾਰ 'ਚ ਚਾਂਦੀ $1,020 ਦੀ ਗਿਰਾਵਟ ਨਾਲ $18.3 ਪ੍ਰਤੀ ਔਸ 'ਤੇ ਆ ਗਈ। ਉੱਥੇ ਹੀ ਯੂ ਐੱਸ ਏ ਈਰਾਨ ਦੀ ਤਣਾਤਣੀ ਕਾਰਨ ਤੇਲ ਦੀ ਸਪਲਾਈ 'ਤੇ ਰੁਕਾਵਟ ਪੈਦਾ ਹੋਣ ਦੀ ਸੰਭਾਵਨਾ ਨਾਲ ਬ੍ਰੇਟ ਕੱਚਾ ਤੇਲ ਵੀ 4% ਮਹਿੰਗਾ ਕਿ $68.60 ਪ੍ਰਤੀ ਡਾਲਰ 'ਤੇ ਪਹੁੰਚ ਗਿਆ ਅਤੇ WTI ਕੱਚੇ ਤੇਲ ਦੀ ਕੀਮਤ 3% ਵੱਧ ਕੇ $63.5 ਪ੍ਰਤੀ ਬੈਰਲ ਹੋ ਗਈ ਹੈ। ਇਹਦਾ ਪ੍ਰਭਾਵ ਡਾਲਰ ਦੇ ਨਾਲ ਹੀ ਕੀਮਤ ਧਾਤਾਂ 'ਤੇ ਵੀ ਦਿਸਿਆ। ਵਿਸ਼ੇਸ਼ਕਾਰਾਂ ਦਾ ਮੰਨਣਾ ਹੈ ਕਿ ਜੇਕਰ ਤਣਾਅ ਵੱਧਦਾ ਤਾਂ ਕਮੌਤਰੀ ਬਾਜ਼ਾਰ 'ਚ ਸੋਨਾ $1,575 ਪ੍ਰਤੀ ਔਸ 'ਤੇ ਵੀ ਪਹੁੰਚ ਸਕਦਾ ਹੈ। ਪੰਜਾਬੀ ਗੁਨਾਮ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ। ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣਿਆ ਰਹੋ ਆਜ ਨਿਊਜ਼ ਵਾਲਾ .com ਦੇ ਨਾਲ।